ਦੋ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਨੇ। ਇਸ ਦੌਰਾਨ ਜੇਕਰ ਗੱਲ ਗੁਜਰਾਤ ਦੀ ਕੀਤੀ ਜਾਏ ਤਾਂ ਬਹੁਮਤ ਦੇ ਨਾਲ ਭਾਜਪਾ ਨੂੰ ਵੱਡੀ ਜਿੱਤ ਹਾਸਲ ਹੋਈ ਹੈ, ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜਸ਼ਨ ਦਾ ਮਾਹੌਲ ਹੈ। ਗੱਲ ਕਰ ਲੈਂਦੇ ਹਾਂ ਬਠਿੰਡਾ ਦੀ। ਬਠਿੰਡਾ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਭਾਜਪਾ ਵਰਕਰਾਂ ਦੇ ਵੱਲੋਂ ਜੰਮ ਕੇ ਖੁਸ਼ੀ ਮਨਾਈ ਜਾ ਰਹੀ ਹੈ। ਇਸ ਦੌਰਾਨ ਲੱਡੂ ਵੰਡੇ ਗਏ ਨੇ ਤੇ ਪਟਾਕੇ ਵੀ ਚਲਾਏ ਜਾ ਰਹੇ ਨੇ। ਆਓ ਤੁਹਾਨੂੰ ਦਿਖਾਉਂਦੇ ਹਾਂ ਇੱਕ ਲਾਈਵ ਰਿਪੋਰਟ। सुखपाल सिंह सराह वर्कर भारतीय जनता पार्टी अज साडे बठिंडा दे भाजपा वर्करां वल्लों गुजरात विखे जो 27 सालां तो लगातार नरेंद्र मोदी जी की अगवाई दे विच सरकार बनी है उस नूं बहुत वड्डी इक दुबारा राष्ट्रवादी लोकां ने फतवा दिता है, मैंडेट दिता सी उहनां दी खुशी दे विच लड्डू वंडे आ, आतिशबाजी की और पटाके चलाए आ। और ये एक आगाज है 2024 की लोक सभा का, ये लोगों ने मन बना लिया। जिस तरह 70 साल उन्होंने संताप झेलिया, जिस विकास के नाम से कांग्रेस ने वोटा लेंगे सी, असली विकास की हुंदा है वो अज गुजरात देखने मिलता है। और जेडे 70 साल का रिकॉर्ड सी कांग्रेस का, वो देश ने मन बना लिया कि वह 70 साल अगले जिहड़े भारतीय जनता पार्टी की सरकार रहेगी। और उम्मीद करते हैं कि पंजाब दे विच भी 2024 दे विच असीं 13 दियां 13 लोक सभा जिहड़ियां हैगियां सीटां हैं उहनां च सानूं लोकां दा समर्थन मिलेगा, नरेंद्र मोदी जी नूं समर्थन मिलेगा। और नरेंद्र मोदी जी 2024 दे विच फिर तो देश दे प्रधानमंत्री बणगे। हिमाचल दे विच देखो जिथे केजरीवाल ने उत्थे भारतीय जनता पार्टी हमेशा संतुष्टिकरण की नीति ना चलती है, उत्थे कांग्रेस और केजरीवाल की जिहड़ी तुष्टिकरण की नीति सी फ्री का लालच देण दी, वह प्रभावित जरूर होया। पर अज हिमाचल ने जो तरक्की की सी उहनू आने वाले 5 सालों के इसका परिणाम जरूर मिलेगा कि भारतीय जनता पार्टी सरकार ना बना के उत्थे सानू किड्डा वड्डा नुकसान होया। मैं पहले कहा कि जिहड़ी तुष्टिकरण की नीति आ ਉਹ ਸੰਤੁਸ਼ਟੀਕਰਨ ਦੀ ਨੀਤੀ 'ਤੇ ਭਾਰੀ ਪੈ ਰਹੀ ਆ ਕਿ ਜਿਹੜਾ ਫ੍ਰੀ ਦੇ ਲਾਲਚ ਦਿੱਤੇ ਜਾ ਰਹੇ ਆ ਉਹ ਕਿਤੇ ਨਾ ਕਿਤੇ ਜਿੱਥੇ ਸਮਾਜ ਦਾ ਦੇਸ਼ ਦਾ ਵੀ ਨੁਕਸਾਨ ਕਰਨਗੇ, ਉੱਥੇ ਦੇਸ਼ ਜਿਹੜਾ ਆਤਮ ਨਿਰਭਰ ਹੋ ਰਿਹਾ ਉਸ ਨੂੰ ਵੀ ਬਹੁਤ ਵੱਡਾ ਧੱਕਾ ਲੱਗੇਗਾ। ਅੱਜ ਕਿਸ ਤਰ੍ਹਾਂ ਤੁਸੀਂ ਫਿਰ ਖੁਸ਼ੀ ਕਿਸ ਤਰ੍ਹਾਂ ਬਣਾਈ ਤੇ ਇੱਥੇ ਬੰਡੇ ਸ਼ਹਿਰ 'ਚ? ਅਸੀਂ ਬਠਿੰਡੇ ਦੇ ਵਿੱਚ ਲੱਡੂ ਵੰਡ ਕੇ ਪਟਾਕੇ ਚਲਾ ਕੇ ਆਤਿਸ਼ਬਾਜ਼ੀ 'ਚ ਚਲਾ ਕੇ ਅਸੀਂ ਖੁਸ਼ੀ ਮਨਾਈ ਆ ਤਾਂ ਜੋ 2024 ਦੇ ਵਿੱਚ ਵੀ ਸਾਡੀ ਪੂਰਨ ਬਹੁਮਤ ਨਾਲ ਸਰਕਾਰ ਬਣੇ। ਮੇਰਾ ਨਾਮ ਸੰਦੀਪ ਅਗਰਵਾਲ, ਜ਼ਿਲ੍ਹਾ ਪ੍ਰਧਾਨ ਭਾਜਪਾ ਯੁਵਾ ਮੋਰਚਾ। ਅੱਜ ਜੋ ਲੋਕਾਂ ਨੇ ਕੇਜਰੀਵਾਲ ਦੇ ਦਿੱਲੀ ਅਤੇ ਪੰਜਾਬ ਦੇ ਫਲੌਪ ਮਾਡਲ ਨੂੰ ਨਕਾਰਦੇ ਹੋਏ ਨਰਿੰਦਰ ਭਾਈ ਮੋਦੀ ਜੀ ਨੂੰ ਫਤਵਾ ਦਿੱਤਾ ਹੈ ਅਤੇ 7ਵੀਂ ਵਾਰ ਗੁਜਰਾਤ ਵਿੱਚ ਸਰਕਾਰ ਬਣਾਈ ਹੈ, ਇਹ ਸਿੱਧ ਕੀਤਾ ਹੈ ਕਿ ਜੋ ਲੋਕ ਨੇ ਉਹ ਇੱਕ ਹਰਮਨ ਪਿਆਰੇ ਵਿਸ਼ਵ ਦੇ ਨੇਤਾ ਦੇ ਨਾਲ ਨੇ ਅਤੇ ਵਿਕਾਸ ਨੂੰ ਚਾਹੁੰਦੇ ਹਨ, ਨਾ ਕਿ ਮੁਫਤ ਦੀ ਰਾਜਨੀਤੀ ਕਰਦੇ ਨੇ। ਇਸ ਨਾਲ 2024 ਵਿੱਚ ਵੀ ਜੋ ਨਰਿੰਦਰ ਭਾਈ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ। ਬਿਲਕੁਲ ਬਿਲਕੁਲ, 2024 ਵਿੱਚ ਵੀ ਪੰਜਾਬ ਵਿੱਚ 13 ਦੇ 13 ਸੀਟਾਂ ਭਾਜਪਾ ਜਿੱਤੇਗੀ ਅਤੇ 2027 ਵਿੱਚ ਵੀ ਭਾਜਪਾ ਸਰਕਾਰ ਬਣਾਏਗੀ। ਅੱਜ ਭਾਜਪਾ ਯੁਵਾ ਮੋਰਚਾ ਅਤੇ ਸੀਨੀਅਰ ਨੇਤਾਵਾਂ ਵੱਲੋਂ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਖੁਸ਼ੀ ਮਨਾਈ ਗਈ ਹੈ ਅਤੇ ਇਹ ਲਗਾਤਾਰ ਜਾਰੀ ਰਹੇਗੀ। ਵੱਖ ਵੱਖ ਵਾਰਡਾਂ ਵਿੱਚ ਅਸੀਂ ਇਹ ਪ੍ਰੋਗਰਾਮ ਕਰਾਂਗੇ। ਮੇਰਾ ਨਾਮ ਰਜਨੀ ਆ, ਮੈਂ ਭਾਰਤੀ ਜਨਤਾ ਪਾਰਟੀ ਵਿੱਚ ਜਦੋਂ ਦੀ ਮੈਂ ਆਈ ਹਾਂ, ਮੈਂ ਇੱਕ ਹੀ ਗੱਲ ਦੇਖੀ ਹੈ ਕਿ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਕੰਮ ਕਰ ਰਹੀ ਹੈ, ਹਰ ਇੱਕ ਵਰਕਰ ਨੂੰ ਨਾਲ ਲੈ ਕੇ ਚੱਲ ਰਹੀ ਹੈ, ਜਨਤਾ ਦੇ ਬਾਰੇ ਸੋਚ ਰਹੀ ਹੈ। ਅੱਜ ਅਸੀਂ ਗੁਜਰਾਤ ਦੀ ਜਿੱਤ 'ਤੇ ਲੱਡੂ ਵੰਡੇ ਆ ਅਤੇ ਪਟਾਕੇ ਚਲਾਏ ਆ, ਅਸੀਂ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿੱਤ ਪ੍ਰਾਪਤ ਕਰਾਂਗੇ। ਧੰਨਵਾਦ। ਕਾਰਨ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਆ ਭਾਰਤੀ ਜਨਤਾ ਪਾਰਟੀ ਨੂੰ, ਅਤੇ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹ ਪਬਲਿਕ ਦੀ ਗੱਲ ਸੁਣ ਰਹੇ।